ਦੇਖੋ ਜੀ, ਕਰੋ ਜੀ ਦਰਸ਼ਨ ਪੁਰਾਣੀ ਮਸੀਤ ਪਿੰਡ ਹਜਾਤਪੁਰ। ਸੋ ਹਜਾਤ ਖਾਂ ਚੌਧਰੀ ਦਾ ਵਸਾਇਆ ਹੋਇਆ ਪਿੰਡ ਹਜਾਤ ਨਗਰ ਜ਼ਿਲ੍ਹਾ ਗੁਰਦਾਸ ਨਿੱਕੀ ਅੜਦੀ। ਬਿਲਕੁਲ ਬਿਲਕੁਲ ਜੀ, ਵਾਹ ਜੀ, ਖੂਬਸੂਰਤ ਮਸਜਿਦ, ਬਹੁਤ ਸੋਹਣਾ ਪਿੰਡ ਵਾਲੇ ਰੰਗ ਰੋਗਣ ਕਰਾਉਂਦੇ। ਨਿੱਕੀ ਇੱਟ ਦੀ ਬਣੀ ਹੋਈ ਹੈ ਮਸਜਿਦ ਹੈ ਜੀ, ਬਹੁਤ ਮਜ਼ਬੂਤ ਖੂਬਸੂਰਤ, ਹਾਲੇ ਵੀ ਬੜੀ ਮਜ਼ਬੂਤੀ ਵਿੱਚ ਇਸ ਛੋਟੀ ਇੱਟ ਲੱਗੀ ਹੋਈ ਹੈ ਸਾਰੀ ਚਿਨਾਈ ਵਿੱਚ। ਇਹ ਹੈ ਜੀ ਮਸਜਿਦ ਦਾ ਪਿਛਲਾ ਪਾਸਾ, ਪਿੰਡ ਹਜਾਤ ਨਗਰ ਜ਼ਿਲ੍ਹਾ ਗੁਰਦਾਸਪੁਰ। ਪਿੰਡ ਹਜਾਤ ਨਗਰ ਜ਼ਿਲ੍ਹਾ ਗੁਰਦਾਸਪੁਰ ਦਾ ਬੜਾ ਉੱਗਾ ਪਿੰਡ ਹੈ। ਇਹ ਪਿੰਡ ਗੁਰਦਾਸਪੁਰ ਸ਼ਹਿਰ ਤੋਂ 3 ਕਿਲੋਮੀਟਰ ਲਹਿੰਦੇ ਵੱਲ ਵਸਿਆ ਹੋਇਆ ਹੈ। ਸਾਰੀਆਂ ਸੁੱਖ ਸਹੂਲਤਾਂ ਨਾਲ ਇਹ ਲੈਸ ਪਿੰਡ ਹਜਾਤ ਨਗਰ। ਅਤੇ ਆਓ ਕਰਦੇ ਹਾਂ ਇਸ ਮਸਜਿਦ ਦੇ ਅੰਦਰੋਂ ਦਰਸ਼ਨ। ਇਹ ਸਾਹਮਣੇ ਸੀਮਿੰਟ ਦੇ ਬੈਂਚ ਬਣੇ ਹੋਏ ਨੇ ਆਮ ਲੋਕਾਂ ਦੇ ਬੈਠਣ ਲਈ, ਔਰ ਇਹ ਸਾਹਮਣੇ ਉੱਤੇ ਗੁੰਬਦ ਨਜ਼ਰ ਆ ਰਹੇ ਨੇ ਪੁਰਾਣੇ। ਆਓ ਕਰਦੇ ਹਾਂ ਅੰਦਰੋਂ ਇਸ ਮਸਜਿਦ ਦੇ ਦਰਸ਼ਨ। ਸਫਾਈ ਦੀ ਕਮੀ ਪਰ ਬਹੁਤ ਖੂਬਸੂਰਤ ਮਸਜਿਦ। ਇੱਥੇ ਦਰਦੇ ਸੰਤਰੀ ਦੀਵੇ ਔਰ ਇੱਥੇ ਹੁੰਦੀ ਸੀ ਇਬਾਦਤ। ਇਹ ਆ ਜਗ੍ਹਾ ਪੁਰਾਣੀ ਜਿਹੜਾ ਦੀ ਬਣੀ ਹੋਈ ਸਾਰੀ ਇਮਾਰਤ। ਇਹ ਬੈਠਣ ਨੂੰ ਵੀ ਬਣਾਇਆ ਸੀ, ਬਜ਼ੁਰਗ ਇੱਥੇ ਆ ਕੇ ਸ਼ਾਮ ਨੂੰ ਬੈਠਦੇ ਨੇ। ਇੱਥੇ ਬਹਿੰਦੀ ਹੈ ਸੱਥ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਅੱਛਾ, ਰੰਗ ਰੋਗ ਕੌਣ ਕਰਾਉਂਦਾ? ਅੱਛਾ ਜੀ, ਪੰਚਾਇਤ ਮੈਂਬਰ ਹੀ ਰਲ ਕੇ ਪੂਰੀ ਪੰਚਾਇਤ ਕਰਾਉਂਦੀ ਹੈ। ਵੱਧ ਕੋਸ਼ਿਸ਼ ਕਰੀ ਦੀ ਇਹਦੀ ਸਾਂਭ ਹੋਏ, ਸੰਭਾਲ ਹੋਏ, ਸਫੈਦੀ ਟਾਈਮ ਨਾ ਹੋ ਜੇ, ਘਰ ਵੀ ਆਪਾਂ ਟਾਈਮ ਦੇ ਟਾਈਮ ਸਵਾਰ ਲਈਏ। ਬਿਲਕੁਲ, ਪਿੰਡ ਵਾਲੇ ਵਧਾਈ ਦੇ ਪਾਤਰ ਨੇ ਜਿਹਨਾਂ ਨੇ ਵਿਰਾਸਤ ਜਿਹੜੀ ਹੈ ਇਹ ਪੁਰਾਣੀ ਸਾਂਭੀ ਹੋਈ ਹੈ। ਬਿਲਕੁਲ ਜੀ, ਹਾਂਜੀ, ਸਾਂਭ ਕੇ ਰੱਖੀ ਹੋਈ ਹੈ। ਵਾਹ ਜੀ ਵਾਹ। ਅੱਛਾ, ਇੱਥੇ ਹੈ, ਇੱਥੇ ਜੁੜਦੀ ਸੰਗਤ ਹੈ ਜੀ। ਆ ਪਿੱਪਲ ਵੀ ਉਸ ਸਮੇਂ ਦਾ 47 ਤੋਂ ਪਹਿਲਾਂ ਦਾ ਹੀ ਹੈ ਜੀ। ਅੱਛਾ, ਇੱਥੇ ਹੁੰਦਾ ਸੀ ਇੱਕ ਖੂਹ ਹਲਟ, ਇੱਥੇ ਵਗਦਾ ਸੀ ਨਾ ਖੂਹ, ਤੁਸੀਂ ਨਹੀਂ ਵੇਖਿਆ ਹੋਣਾ। ਅੱਛਾ, ਇੱਥੇ ਵਗਦਾ ਸੀ ਇੱਕ ਹਲਟ। ਬਿਲਕੁਲ ਮਸਜਿਦ ਦੇ ਸਾਹਮਣੇ ਹੁੰਦਾ ਸੀ ਇਹ ਹਲਟ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜਦੋਂ ਪਾਕਿਸਤਾਨ ਬਣਿਆ ਤੁਹਾਨੂੰ ਸੰਭਾਲ ਆਉਂਦੀ? ਹਾਂਜੀ, 12 ਸਾਲਾਂ ਦਾ। ਵਾਹ ਜੀ ਵਾਹ, ਕੀ ਸ਼ੁਭ ਨਾਮ ਤੁਹਾਡਾ? ਹਾਂਜੀ, ਕੀ ਨਾਮ ਤੁਹਾਡਾ? ਗੁਲਜ਼ਾਰ ਮਸੀਹ। ਹਾਂਜੀ, ਤੇ ਪੁਰਾਣੇ ਹੋ? ਹਾਂਜੀ। ਕੀ ਰੌਣਕਾਂ ਹੁੰਦੀਆਂ ਸਨ ਇੱਥੇ? ਇੱਥੇ ਰਾਤਾਂ ਪੈਂਦੀਆਂ ਹੁੰਦੀਆਂ, ਇੱਥੇ ਮੌਸਮ ਦਾ ਵੀ ਖਤਮ ਦਿੰਦੇ ਹੁੰਦੇ ਸੀਗੇ ਮੁਸਲਮਾਨ। ਅੱਛਾ ਜੀ, ਉਹ ਨੁੱਕਰ 'ਚ ਬਹਿ ਕੇ। ਅੱਛਾ ਜੀ, ਜਦੋਂ ਨਮਾਜ਼ ਪੜ੍ਹਦੇ ਹੁੰਦੇ ਸੀ ਨਾ ਸ਼ਾਮ ਨੂੰ 6 ਵਜੇ, ਤੇ ਉਦੋਂ ਨਮਾਜ਼ ਪੜ੍ਹਦੇ ਹੁੰਦੇ ਸੀਗੇ।
हयात नगर हयात खान ने बसाया सी अच्छा पठाना दा पिंड सी हयात खान ओ चल गया सी पाकिस्तान चल गया सी टब्बर सारा हां जी ਕਹਿੰਦੇ ਜਿਹੜੀ ਜ਼ਮੀਨ ਬੜੀ ਸੀ ਉਹਦੀ ਉਹ ਦੇ ਗਿਆ ਇਹਨਾਂ ਨੂੰ ਆੜੇ ਨੇ ਹੈਗੇ ਨੇ ਛਾਵਾਂ ਨੂੰ ਛਾਵਾਂ ਨੂੰ ਇਹ ਹੀ ਖਾਰ ਦੀ ਦੀ ਪਾਲੀ ਕੋਲੋ ਜੇ ਤਨ ਹੁਣ ਮੈਂ ਕੀ ਕਿਤੇ ਦਾਸੀ ਬਣ ਗਈ ਮੇਰਾ ਬਾਪ ਹੈ ਬਾਪ ਲਾ ਸੁੱਟ ਲੋ ਸੁੱਟ ਲੋ ਸੁੱਟ ਲੋ ਵਾਹ ਜੀ ਵਾਹ ਹਾਂਜੀ ਖੈਰ ਦੀ ਪੁਰਾਣਾ ਹੋਇਆ ਚਲੋ ਕਿ ਨਹੀਂ ਨਹੀਂ ਜਿਹੜਾ ਯਾਦ ਖਾਇਆ ਯਾਦ ਕਾ ਪੁਰਾਣਾ ਹੋਇਆ ਨਾਲ ਦੇ ਪਿੰਡ ਬਣਿਆ ਦਾ ਹਾਂਜੀ 2000 ਸਾਲ ਪਹਿਲਾਂ ਦਾ चलो वखरी गल है जो पाकिस्तान बने खैर दीन सी ना इथे उदो चौधरी गैर खैर दीन सी हां जी तीन कुड़िया ओने कंजरिया नचाणिया सारे काम करने ते पैसा लेना छावा को ओने आखना इन्ने कमान दे दियो ते अही ले पैरी लिख लेने हां जी बाद विच फिर वो चल गए जिवें चल गए तो है गए ही के इतों के जट बसवाले दे मुस्तरका ना जिहड़ा हुंदा ना हाँ जी हाँ जी जमीन दा हाँ जी उन्हां दे ना सी इन्हां को फिर खिचिया ना जावे अही भी कीता डांगा डूंगा लईआं ते कागज तो खोया हाँ जी कागज शायद खोया भी आ लै शाह जी अपना ना वो लै जांदे ही जट अच्छा अच्छा ਜਿਹੜਾ ਕਿ ਉਹ ਜਿਹਨੂੰ ਜਿਹੜਾ ਕੰਜਰਿਆਂ ਨੂੰ ਚਾਉਂਦੇ ਸੀ ਉਹ ਚ ਜਿਹੜਾ ਪੈਸਾ ਖਰਚਿਆ ਜਾਂਦਾ ਸੀ ਉਹਦੇ ਚ ਜ਼ਮੀਨ ਜਿਹੜੀ ਸ਼ਾਹ ਲੈ ਗਏ ਹਨਾ ਲੈ ਗਏ ਹੀ ਸ਼ਾਹ ਅੱਛਾ ਜੀ ਸਾਡੇ 300 ਕਮਾਂ ਦਾ ਰਕਬਾ ਉਹ ਲੈ ਗਏ ਵਿੱਚੋਂ ਉਹਨਾਂ ਨੇ ਕੀਤਾ ਵੀ ਜਿਹੜਾ ਸੀ ਨਾ ਬਥਵਾਲੇ ਦਾ ਜੱਟ ਹਾਂਜੀ ਉਹਦੇ ਨਾਂ ਕਰਾਇਆ ਇੱਕ ਮੁਸਤਫਾ ਖਾਤਾ ਉਹ ਨਾਂ ਸੀ ਉਹ ਸਾਰੇ ਪਿੰਡ ਦੀ ਜਦੋਂ ਖਾਤਾ ਹੁੰਦਾ ਸੀ ਨਾ ਦਾਣੇ ਪੱਕਾ ਉਹ ਲੈ ਜਾਂਦੇ ਸੀਗੇ ਹਾਂ ਇਹਨਾਂ ਕੋ ਗੱਲ ਨਾ ਬਣੇ ਅਸੀਂ ਫਿਰ ਡਾਂਗਾ ਡੂੰਗਾ ਮਾਰ ਕੇ ਤੇ ਉਹ ਮਾਰਾ ਜੀ ਕਾਗਜ਼ ਖੋਇਆ ਤੇ ਸਾਰੇ ਕੰਮ ਕੀਤੇ ਤੇ ਹੁਣ ਵੇਖ ਲੋ ਬਾਦਸ਼ਾਹ ਬਣੇ ਬਣੇ ਪਏ ਸ਼ਾਹ ਸ਼ਾਹ ਬਾਦਸ਼ਾਹ ਬਣੇ ਦੇ ਨੇ ਐਮਐਲਏ ਵੀ ਰਹੇ ਨੇ ਹੈ ਹਾਂਜੀ ਠੀਕ ਹੈ ਅੱਛਾ ਦੱਸੋ ਜਿਹੜਾ ਪਿੰਡ ਸੀ ਪੀਰਾਂ ਬਾਗ ਹਾਂਜੀ ਇਹ ਖੈਰਦੀਨ ਨੇ ਦਿੱਤਾ ਸੀ ਪੀਰਾਂ ਨੂੰ ਕਿ ਉਹ ਵੱਖਰਾ ਹੈ ਜਾਂ ਪੀਰਾਂ ਦਾ ਘਰ ਪੀਰਾਂ ਦੇ ਬਾਗ ਦੱਸੋ ਤੇ 8 ਕਿੱਲੇ ਜ਼ਮੀਨ ਸੀ ਪੀਰਾਂ ਦੀ ਇਹਨੇ ਦਿੱਤੀ ਲੰਬੜਾ ਨਹੀਂ ਇਹਨਾਂ ਦੇ ਚੌਧਰੀਆਂ ਨੇ ਨਹੀਂ ਉਹ ਵੱਖਰਾ ਸੀ ਵੱਖਰੇ ਸਨ ਅੱਛਾ ਜੀ ਹਾਂਜੀ ਉਹ ਪੀਰ ਸੀਗੇ ਰਹਿੰਦੇ ਪਾਕਿਸਤਾਨ ਚ ਆਏ ਦੇ ਪੀਰ ਦੱਸਦੇ ਉਹ ਸਾਰੇ ਮਾਰ ਦਿੱਤੇ ਸਨ ਮਰ ਗਏ ਸੀ ਮਾਰਤੇ ਸੀ ਮਾਰ ਦਿੱਤੇ ਸੀ ਵੇਖਿਆ ਤੁਸੀਂ ਇੱਕੋ ਬਚਿਆ ਸੀਗਾ ਇੱਕ ਬਚ ਗਿਆ ਸੀ ਹਾਂਜੀ ਉਹ ਚਲ ਗਿਆ ਪਾਕਿਸਤਾਨ ਉਹ ਚਲ ਗਿਆ ਘਰ ਦਿੱਤਾ ਸੀ ਜੀ ਇੱਕੋ ਬਚਿਆ ਸੀ ਉਹਨਾਂ ਦਾ ਵੱਡਾ ਅੱਛਾ ਜੀ ਹਾਂ ਉਹ ਫਿਰ ਬਚ ਗਿਆ ਠੀਕ ਠੀਕ ਅੱਛਾ ਤੁਹਾਡੇ ਈਸਾਈਆਂ ਦੇ ਕਿਹੋ ਜਿਹੇ ਸੰਬੰਧ ਸਨ ਆਪਸ ਚ ਮੁਸਲਮਾਨਾਂ ਦੇ ਤੁਹਾਡੇ ਹਾਂਜੀ ਕਿਹੋ ਜਿਹੇ ਸੰਬੰਧ ਸਨ ਚੰਗਾ ਭਾਈਚਾਰਾ ਸੀ ਬਹੁਤ ਭਾਈਚਾਰਾ ਬਹੁਤ ਜ਼ਿਆਦਾ ਸੀਗਾ ਅੱਛਾ ਜੀ ਇਹ ਕੰਮ ਕਰਨਾ ਰੋਟੀ ਖਾਣੀ ਅੱਠ ਬੋਲਦੇ ਹੁੰਦੇ ਸੀ ਇਹਦੇ ਖੈਰ ਦਿਨ ਦੇ ਚਾਰ ਹਾਲ ਤੇ ਚਾਰ ਪੰਜ ਮੱਝਾਂ ਰੱਖੀਆਂ ਨੇ ਤੇ ਕੰਮ ਕਰਨਾ ਤੇ ਦਿਹਾੜੀ ਤਪਾ ਮੁੜ ਕੋਈ ਆਇਆ ਵੀ ਪਿੰਡ ਵੇਖਣ ਨਾ ਕਦੀ ਨਹੀਂ ਆਇਆ ਨਹੀਂ ਆਇਆ ਸੀਗਾ ਮੁੰਡਾ ਤਾਂ ਗੁਲਾਮ ਸੂਰ ਅੱਛਾ ਆਇਆ ਸੀ ਹਾਂਜੀ ਗੁਲਾਮ ਸੂਰ ਆਇਆ ਸੀ ਫਿਰ ਇਹਨਾਂ ਨੇ ਉਹਨੇ ਕਾਗਜ਼ ਪਾਕਿਸਤਾਨ ਚੋਂ ਕਾਗਜ਼ ਜ਼ਮੀਨ ਦੇ ਕਾਗਜ਼ ਖੜੀ ਚਾਹਵਾਂ ਕੋ ਅੱਛਾ ਜੀ ਹਾਂਜੀ ਤੇ ਫਿਰ ਸ਼ਾਵਾਂ ਨਾਲ ਬਹੁਤ ਸਾਂਝ ਸੀ ਉਹਨਾਂ ਉਸ ਪਰਿਵਾਰ ਦੀ ਹਾਂਜੀ ਠੀਕ ਹੈ ਬਾਪੂ ਜੀ ਆਵਾਂ ਕਿਸੇ ਦਿਨ ਮੈਂ ਤੁਹਾਨੂੰ ਸਾਰੀ ਸਟੋਰੀ ਪੁੱਛਣੀ ਹੈ ਪਿੰਡ ਦੀ ਹੈਨਾ ਬਿੱਲੋ ਕੰਜਰੀ ਤੇ ਮਿੱਧਾ ਹਾਂਜੀ ਪਾਕਿਸਤਾਨ ਦੇ ਵਿੱਚ ਆਉਂਦੀ ਹੁੰਦੀ ਇੱਥੇ ਆਉਂਦੀ ਹੁੰਦੀ ਹਾਂ ਤੇ ਆਂਦਾ ਆਂਦੀ ਹੁੰਦੀ ਤੂੰ ਲੰਬੜਾ ਕੁੜੀਆਂ ਵਿਆਹਣਾ ਵਾ ਠੇਕੇ ਤੇ ਜੇ ਸਾਨੂੰ ਠੇਕਾ ਨਾ ਨਾ ਅਸੀਂ ਕਰਕੇ ਆਈਏ ਤੇ ਚਲ ਇਹ ਪਿੰਡ ਲੁੱਟ ਕੇ ਖਾ ਲਈਏ
इन्ने पैसे थे ते पैसे कित्थों लिआउंदा सी शामां को शाम इत्थों लै फड़ी जाणे धार ते जमीन वेची जाणी 300 किला देती धार ची 350 350 किला ऐदां दे जी।